ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਿੰਦਰ ਸਿੰਘ। ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਖਾਸ ਖਬਰਾਂ ਉੱਤੇ। ਬਦਾਉਂ ਸਮੂਹਿਕ ਬਲਾਤਕਾਰ ਤੇ ਕਤਲਕਾਂਡ ਮਾਮਲਾ, ਸੀਬੀਆਈ ਰਿਪੋਰਟ ਵਿੱਚ ਖੁਲਾਸਾ, ਦੋਹਾਂ ਭੈਣਾਂ ਨੇ ਕੀਤੀ ਸੀ ਆਤਮ ਹੱਤਿਆ, ਮਾਇਆਵਤੀ ਨੇ ਜਤਾਈ ਅਸੰਤੁਸ਼ਟੀ। ਪੰਜਾਬ ਮੰਤਰੀ ਮੰਡਲ ਦੀ ਕੱਲ੍ਹ ਹੋਈ ਬੈਠਕ, ਕਮਜ਼ੋਰ ਵਰਗਾਂ ਨੂੰ ਅਗਲੇ 2 ਸਾਲਾਂ 'ਚ 1 ਲੱਖ ਮਕਾਨ ਬਣਾ ਕੇ ਦੇਵੇਗੀ ਸਰਕਾਰ, ਹੋਰ ਵੀ ਅਹਿਮ ਫੈਸਲਿਆਂ ਦੇ ਮੋਹਰ। ਖੰਨਾ ਸ਼ਹਿਰ ਦੀ ਪਾਸ਼ ਕਲੋਨੀ ਨਿਰੋਤਮ ਨਗਰ ਵਿੱਚ ਇੱਕ ਔਰਤ ਦਾ ਅਣਪਛਾਤਿਆਂ ਵੱਲੋਂ ਕਤਲ, ਘਰ ਦੀ ਰਸੋਈ 'ਚੋਂ ਖੂਨ ਨਾਲ ਲੱਥਪੱਥ ਮਿਲੀ ਲਾਸ਼, ਤਫਤੀਸ਼ ਵਿੱਚ ਜੁਟੀ ਪੁਲਿਸ। ਅਤੇ ਜ਼ਿੰਦਗੀ ਤੇ ਮੌਤ ਦੇ ਨਾਲ ਜੂਝ ਰਹੇ ਆਸਟ੍ਰੇਲੀਆਈ ਕ੍ਰਿਕਟ ਖਿਡਾਰੀ ਫਿਲ ਹਿਊਜ਼ ਦਾ ਹੋਇਆ ਦੇਹਾਂਤ, ਬਾਊਸਰ ਗੇਂਦ ਸਿਰ ਤੇ ਲੱਗਣ ਕਾਰਨ ਕੋਮਾ ਚਲੇ ਗਏ ਸਨ ਫਿਲ ਹਿਊਜ਼। ਜੀ ਬੁਲੇਟਿਨ ਦਾ ਆਗਾਜ਼ ਕਰਦੇ ਹੁਣ ਤੱਕ ਦੀ ਅਹਿਮ ਖਬਰ ਦੇ ਨਾਲ। ਯੂਪੀ ਦੇ ਬਦਾਉਂ ਸਮੂਹਿਕ ਬਲਾਤਕਾਰ ਅਤੇ ਕਤਲਕਾਂਡ ਦੇ ਵਿੱਚ ਵੱਡਾ ਖੁਲਾਸਾ ਹੋਇਆ। ਸੀਬੀਆਈ ਨੇ ਕਿਹਾ ਕਿ ਦੋਵੇਂ ਚਚੇਰੀਆਂ ਭੈਣਾਂ ਨੇ ਆਤਮ ਹੱਤਿਆ ਕੀਤੀ ਸੀ। ਬਦਾਉਂ ਕਾਂਡ ਦੇ 5 ਮਹੀਨਿਆਂ ਬਾਅਦ ਸੀਬੀਆਈ ਨੇ ਇਹ ਖੁਲਾਸਾ ਕੀਤਾ। ਦਰਅਸਲ ਉਸ ਵੇਲੇ ਦੀਆਂ ਖਬਰਾਂ ਦੇ ਮੁਤਾਬਕ ਦੋਹਾਂ ਭੈਣਾਂ ਨੂੰ ਸਮੂਹਿਕ ਬਲਾਤਕਾਰ ਅਤੇ ਕਤਲ ਕਰਨ ਤੋਂ ਬਾਅਦ ਦਰਖਤ ਦੇ ਨਾਲ ਲਟਕਾ ਦਿੱਤਾ ਗਿਆ ਸੀ। ਇਸ ਮਾਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪਰ ਹੁਣ ਸੀਬੀਆਈ ਨੇ ਇਸ ਮਾਮਲੇ ਦੇ ਵਿੱਚ ਨਵਾਂ ਖੁਲਾਸਾ ਕੀਤਾ ਕਿ ਦੋਹਾਂ ਭੈਣਾਂ ਨੇ ਆਤਮ ਹੱਤਿਆ ਕੀਤੀ ਸੀ, ਜਦਕਿ BSP ਸੁਪਰੀਮੋ ਮਾਇਆਵਤੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਸੀਬੀਆਈ ਨੇ ਜਲਦਬਾਜ਼ੀ ਵਿਖਾਈ ਹੈ। ਇਸ ਮਾਮਲੇ ਕੀ ਜਾਂਚ ਕੀ ਹੈ, ਸਹੀ ਤੱਥੋਂ ਤੱਕ ਉਹ ਲੋਕ ਨਹੀਂ ਪਹੁੰਚੇ ਹੈ, ਔਰ ਯਦਿ ਐਸਾ ਉਹ ਲੋਕ ਜਾਂਚ ਰਿਪੋਰਟ ਦੇਤੇ ਤੋ ਹਮਾਰੀ ਪਾਰਟੀ ਉਸਸੇ ਬਿਲਕੁਲ ਸਹਿਮਤ ਨਹੀਂ ਹੈ, ਔਰ ਯਹੀ ਨਹੀਂ ਜਬ ਹਮਾਰੀ ਪਾਰਟੀ ਸੱਤਾ ਮੇ ਆਏਗੀ तो ये जो बदायूं वाला मामला है इसकी पुनः जांच कराई जाएगी और जो दोषी लोग हैं उनको छोड़ा नहीं जाएगा। भारत में और पूरी दुनिया में बदायूं कांड को लेकर के समाजवादी सरकार पर, विशेष तौर पर मुख्यमंत्री श्री अखिलेश यादव जी पर आरोप लगाए गए। न सिर्फ कानून व्यवस्था का आरोप लगाया गया बल्कि उत्तर प्रदेश में बच्चियों की इज्जत सुरक्षित नहीं है, उनका जीवन सुरक्षित नहीं है, ये तक आरोप लगाया गया। यहां से लेकर के दुनिया में UN तक में भी इसको प्रचारित किया गया। इससे उत्तर प्रदेश का अपमान हुआ है, लोकतंत्र का अपमान हुआ है, और एक ऐसी सरकार जो संवेदनशील सरकार है, जो जिम्मेदारी से काम कर रही है, उस सरकार को बदनाम करने का कुचक्र तमाम विपक्षी दलों ने रचा। ਜੀ ਗੱਲ ਕਰਦੇ ਹਾਂ ਅਗਲੀ ਖਬਰ ਦੀ। ਪੰਜਾਬ ਮੰਤਰੀ ਮੰਡਲ ਦੀ ਕੱਲ੍ਹ ਹੋਈ ਬੈਠਕ ਵਿੱਚ ਹਰ ਇੱਕ ਨੂੰ ਘਰ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੀ ਬਾਦਲ ਦੀ ਅਗਵਾਈ ਵਿੱਚ ਪੰਜਾਬ ਰਾਜ ਅਫੋਰਡੇਬਲ ਹਾਊਸਿੰਗ ਡਿਵੈਲਪਮੈਂਟ ਅਥਾਰਟੀ ਨੂੰ ਕਾਇਮ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਦੇ ਅਧੀਨ ਇਹ ਅਥਾਰਟੀ ਕਮਜ਼ੋਰ ਵਰਗਾਂ ਨੂੰ ਅਗਲੇ 2 ਸਾਲਾਂ ਵਿੱਚ 1 ਲੱਖ ਮਕਾਨ ਬਣਾ ਕੇ ਦੇਵੇਗੀ, ਜਿਨ੍ਹਾਂ ਵਿੱਚ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ, ਬਜ਼ੁਰਗ ਅਤੇ ਸਰੀਰਕ ਤੌਰ 'ਤੇ ਅਪਾਹਜ ਵਿਅਕਤੀਆਂ ਵਰਗੇ ਤਬਕੇ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਪੰਜਾਬ ਦੇ ਦਫ਼ਤਰਾਂ ਦੇ ਅੰਦਰ ਲੋਕਾਂ ਦੀ ਹੁੰਦੀ ਖੱਜਲ ਖੁਆਰੀ ਦੂਰ ਕਰਨ ਦੇ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ 2174 ਸੇਵਾ ਕੇਂਦਰ ਖੋਲ੍ਹੇ ਜਾਣਗੇ। ਇਸ ਦੇ ਨਾਲ ਹੀ ਬਠਿੰਡਾ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਬਣਾਉਣ ਦੇ ਆਰਡੀਨੈਂਸ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉੱਧਰ ਬਠਿੰਡਾ, ਲੁਧਿਆਣਾ ਅਤੇ ਜਲੰਧਰ ਵਿਖੇ 3 ਨਵੀਆਂ ਫੋਰੈਂਸਿਕ ਸਾਇੰਸ ਲੈਬੋਰਟਰੀਆਂ ਦੀ ਸਥਾਪਨਾ ਵੀ ਕੀਤੀ ਜਾਵੇਗੀ। ਕਰੇਨਾਂ ਅਤੇ ਮਿੱਟੀ ਪੁੱਟਣ ਵਾਲੀਆਂ ਮਸ਼ੀਨਾਂ ਸਮੇਤ ਭਾਰੀ ਮਸ਼ੀਨਰੀ 'ਤੇ ਵੈਟ ਦੀ ਦਰ 13% ਤੋਂ ਘਟਾ ਕੇ 5.5% ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਪਿਛਲੇ ਕੁਝ ਸਮੇਂ ਤੋਂ ਭਾਜਪਾ ਤੇ ਅਕਾਲੀ ਦਲ ਦੇ ਵਿੱਚ ਚੱਲ ਰਹੀ ਕਸ਼ਮਕਸ਼ ਦੇ ਮੱਦੇਨਜ਼ਰ ਵਿਰੋਧੀ ਪਾਰਟੀਆਂ ਇਸ ਵਿੱਚ ਕਾਫੀ ਦਿਲਚਸਪੀ ਲੈ ਰਹੀਆਂ ਨੇ, ਜਿਸ ਦੇ ਚੱਲਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਕਾਲੀ ਭਾਜਪਾ ਦਾ ਗਠਬੰਧਨ ਬਸ ਕੁਝ ਹੀ ਸਮੇਂ ਦਾ, ਕਿਉਂਕਿ ਆਏ ਦਿਨ ਭਾਜਪਾ ਦੀ ਬਿਆਨਬਾਜ਼ੀ ਦੇ ਤਹਿਤ ਇਹਨਾਂ ਦੋਵਾਂ ਪਾਰਟੀਆਂ ਦੇ ਵਿਚਾਲੇ ਦਰਾਰ ਝਲਕਣ ਲੱਗ ਪੈਂਦੀ ਹੈ। ਜ਼ੀਰਾ ਵਿਖੇ ਪਾਰਟੀ ਮੀਟਿੰਗ ਨੂੰ ਸੰਬੋਧਨ ਕਰਨ ਪਹੁੰਚੇ ਬਾਜਵਾ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ 'ਚ ਉਹ ਆਪਣਾ ਵਧੀਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨਗੇ। ਜਿਹੜੀ ਸਾਡੀ ਪਾਰਟੀ ਦੀ ਰੀੜ ਦੀ ਹੱਡੀ, ਜਿਨ੍ਹਾਂ ਦੇ ਸਿਰ ਉੱਤੇ ਇਲੈਕਸ਼ਨਾਂ ਲੜੀਆਂ ਜਾਂਦੀਆਂ। ਇਸ ਟਾਈਮ ਅਕਾਲੀ ਦਲ ਤੇ ਬੀਜੇਪੀ 'ਚ ਰੀਅਲਾਈਜੇਸ਼ਨ ਹੋ ਗਈ ਕਿ ਅਸੀਂ ਹਰ ਫਰੰਟ ਤੇ ਫੇਲ ਹੋ ਗਏ। ਇਕਨੋਮਿਕ ਫਰੰਟ ਤੇ ਬੁਰੇ ਪੈਮਾਨੇ ਦੇ ਉੱਤੇ ਪੰਜਾਬ ਬਿਲਕੁਲ ਆਉਂਦੇ 5-7 ਮਹੀਨਿਆਂ ਤੱਕ ਤੁਸੀਂ ਵੇਖੋਗੇ ਟੋਟਲ ਸਟੈਂਡ ਸਟਿਲ ਹੋ ਜਾਏ। ਮੇਰੀ ਸੋਚ ਹੈ ਕਿ ਆਉਂਦੇ 3-4 ਮਹੀਨਿਆਂ 'ਚ ਭਾਜਪਾ ਮੌਕਾ ਲੱਭ ਰਹੀ ਹੈ। ਅਕਾਲੀ ਦਲ ਨਾਲ ਸੋਚੀ ਸਮਝੀ ਸਾਜਿਸ਼ ਅਧੀਨ ਇਹ ਵੱਖ ਹੋਣਗੇ। ਅਕਾਲੀ ਦਲ ਜਾਏਗਾ ਪੰਥਕ ਏਜੰਡੇ ਤੇ ਵਾਪਸ, ਬੀਜੇਪੀ ਹਿੰਦੂ ਏਜੰਡੇ ਤੇ ਜਾਏਗੀ। ਜੀ ਅਗਲੀ ਖਬਰ ਖੰਨਾ ਤੋਂ ਹੈ, ਜਿੱਥੇ ਸ਼ਹਿਰ ਦੀ ਪਾਸ਼ ਕਲੋਨੀ ਅਤੇ ਸੁਰੱਖਿਅਤ ਇਲਾਕੇ ਵਜੋਂ ਜਾਣੇ ਜਾਂਦੇ ਨਿਰੋਤਮ ਨਗਰ ਦੇ ਵਿੱਚ ਇੱਕ ਔਰਤ ਦਾ ਅਣਪਛਾਤਿਆਂ ਵੱਲੋਂ ਕਤਲ ਕਰ ਦਿੱਤਾ ਗਿਆ। ਹਾਲਾਂਕਿ ਪੁਲਿਸ ਸ਼ੁਰੂਆਤੀ ਜਾਂਚ ਦੇ ਵਿੱਚ ਉਕਤ ਮਾਮਲੇ ਨੂੰ ਲੁੱਟ ਦੀ ਨੀਅਤ ਨਾਲ ਕੀਤੇ ਕਤਲ ਨਾਲ ਜੋੜ ਕੇ ਦੇਖ ਰਹੀ ਹੈ। ਮ੍ਰਿਤਕਾ ਹਰਿੰਦਰ ਕੌਰ ਦੇ ਭਰਾ ਦੇ ਮੁਤਾਬਕ ਇੱਕ ਲੜਕਾ ਜੋ ਉਸ ਘਰ ਵਿੱਚ ਹੀ ਰਹਿੰਦਾ ਅਤੇ ਬੈਂਕ 'ਚ ਕੰਮ ਕਰਦਾ, ਛੁੱਟੀ ਹੋਣ 'ਤੇ ਘਰ ਆਇਆ ਤਾਂ ਉਹਨਾਂ ਦੇਖਿਆ ਕਿ ਹਰਿੰਦਰ ਕੌਰ ਦੀ ਲਾਸ਼ ਰਸੋਈ ਵਿੱਚ ਖੂਨ ਨਾਲ ਲੱਥਪੱਥ ਪਈ ਸੀ, ਜਿਸ ਤੋਂ ਬਾਅਦ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਉਧਰ ਪੁਲਿਸ ਵੱਲੋਂ ਵੱਖ ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਵੀ ਕੀਤਾ ਜਾ ਰਿਹਾ। ਮੋਗਾ ਦੇ ਪਿੰਡ ਮੇਰੋ ਵਿਖੇ ਪੁਲਿਸ ਦੇ ਵਿਜੀਲੈਂਸ ਵਿਭਾਗ ਦੇ ਵੱਲੋਂ ਪਿੰਡ ਦੇ ਪਟਵਾਰੀ ਨੂੰ 7500 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ। ਪਟਵਾਰੀ ਨੇ ਮੁਦਈ ਰਵਿੰਦਰ ਕੁਮਾਰ ਦੇ ਕੋਲੋਂ ਉਸ ਦੇ ਦਾਦੇ ਦੀ ਵਸੀਅਤ ਦਰਜ ਕਰਵਾਉਣ ਦੇ ਲਈ 10,000 ਰੁਪਏ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਸੌਦਾ 7500 ਰੁਪਏ ਵਿੱਚ ਤੈਅ ਹੋ ਗਿਆ ਸੀ ਅਤੇ ਜਦੋਂ ਪੁਲਿਸ ਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ, ਜਿਸ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਕਿ ਉਹਦੇ ਪਿੰਡ ਦਾ ਪਿੰਡ ਮਹਿਰੋ ਪਟਵਾਰਾ ਲੱਗੇ ਦਾ ਜੀ, ਪਟਵਾਰੀ ਕੁਲਦੀਪ ਕੁਮਾਰ ਸ਼ਰਮਾ, ਉਹਦੇ ਦਾਦੇ ਦੀ ਵਸੀਅਤ ਦਾ ਇੰਤਕਾਲ ਦੀ ਨਕਲ ਦੇਣ ਦੇ ਬਦਲੇ 10,000 ਰੁਪਏ ਦੀ ਮੰਗ ਕਰ ਰਿਹਾ, ਜਿਸ ਨੂੰ ਅੱਜ ਸਰਕਾਰੀ ਗਵਾਹ ਅਸ਼ੋਕ ਸਿੰਗਲਾ, MS ਸਿਵਲ ਹੋਸਪਿਟਲ ਮੋਗਾ, ਧਨਵੰਤ ਸਿੰਘ ਵੈਟਰਨਰੀ ਇੰਸਪੈਕਟਰ ਅਤੇ ਬਿਜਨਸ ਦੀ ਟੀਮ ਨੇ ਛਾਪਾਮਾਰੀ ਕਰਕੇ ਅਜਮੇਰ ਸਿੰਘ ਸ਼ੈਟੋਗਾ ਦੇ ਹਾਜ਼ਰੀ ਵਿੱਚ 7500 ਰੁਪਏ ਮੰਗ ਕੇ ਰਿਸ਼ਵਤ ਹਾਸਲ ਕਰਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ। ਮੁਕਦਮਾ ਨੰਬਰ 18 ਦਰਜ ਕੀਤਾ ਗਿਆ ਇਹਦੇ ਖਿਲਾਫ਼ ਅਤੇ ਜਿਹਦੀ ਤਫਤੀਸ਼ ਜਾਰੀ। ਜੀ ਉਧਰ ਪਠਾਨਕੋਟ ਵਿਖੇ ਪੁਲਿਸ ਨੇ ਇੱਕ ਕਬਾੜੀ ਦੇ ਪਾਸੋਂ ਆਰਮੀ ਵਿੱਚ ਪਾਈ ਜਾਣ ਵਾਲੀ ਬੁਲੇਟ ਪਰੂਫ ਜੈਕਟ, ਹੈਲਮਟ ਅਤੇ ਰਾਈਫਲ ਮੈਗਜ਼ੀਨ ਆਦਿ ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੰਮੂ ਕਸ਼ਮੀਰ ਤੋਂ ਸੈਨਾ ਦਾ ਇਹ ਸਮਾਨ ਮੰਗਵਾਉਂਦਾ ਸੀ ਅਤੇ ਆਪਣੇ ਨਿੱਜੀ ਫਾਇਦੇ ਲਈ ਅੱਗੇ ਕਿਸੇ ਨੂੰ ਵੇਚ ਦਿੰਦਾ ਸੀ ਅਤੇ ਜਦੋਂ ਉਹਨਾਂ ਗੁਪਤ ਸੂਚਨਾ ਦੇ ਆਧਾਰ 'ਤੇ ਤਫਤੀਸ਼ ਕੀਤੀ ਤਾਂ ਦੋਸ਼ੀ ਨੂੰ ਸਮਾਨ ਸਮੇਤ ਧਰ ਦਬੋਚਿਆ ਗਿਆ। ਲਿਹਾਜ਼ਾ ਪੁਲਿਸ ਮੁਲਜ਼ਮ ਤੋਂ ਡੂੰਘਾਈ ਦੇ ਨਾਲ ਪੁੱਛਗਿੱਛ ਕਰ ਰਹੀ ਹੈ। ਗੌਰਵ ਮਹਾਜਨ
ਜਿਹੜਾ ਇੰਦਰਾ ਕਲੋਨੀ ਦਾ ਰਹਿਣ ਵਾਲਾ ਇੱਕ ਵਾੜੀਏ ਦਾ ਕੰਮ ਕਰਦਾ, ਇਹਦੇ ਕੋਲੋਂ ਸਾਨੂੰ ਬੁਲਟ ਪਰੂਫ ਜੈਕਟ ਔਰ ਮੈਗਜ਼ੀਨ ਅਤੇ ਕੁਛ ਸਮਾਨ ਜਿਹੜਾ ਹੈਲਮੈਂਟ ਦਾ ਜਿਹੜਾ ਬੁਲਟ ਪਰੂਫ ਆ ਉਹ ਮਿਲਿਆ। ਪੁੱਛਗਿੱਛ ਕਰਾਂਗੇ ਜੋ ਵੀ ਚੀਜ਼ਾਂ ਸਾਹਮਣੇ ਆਉਣਗੀਆਂ, ਇਹ ਕਿਹਨੂੰ ਲਿਆ ਕੇ ਵੇਚਦਾ ਤਾਂ ਕਿਤੋਂ ਲਿਆਂਦਾ ਸੀਗਾ। ਹਾਲੀ ਫਿਲਹਾਲ ਇਹਨਾਂ ਨੇ ਇਹ ਦੱਸਿਆ ਕਿ ਜੇ ਐਂਡ ਕੇ ਦੇ ਵਿੱਚ ਕੋਈ ਨਾਂ ਦਾ ਸਿੰਘ ਹੈਗਾ, ਉਹ ਤੋਂ ਮੈਂ ਇਹ ਸਮਾਨ ਮੰਗਵਾਇਆ ਸੀ ਟੈਲੀਫੋਨ 'ਤੇ, ਉਹਨਾਂ ਨੂੰ ਨਾਮਜ਼ਦ ਕਰਕੇ ਤਾਂ ਉਹਨੂੰ ਲੈ ਕੇ ਆਵਾਂਗੇ। ਪੁੱਛਗਿੱਛ ਕਰਕੇ ਜੋ ਜੋ ਚੀਜ਼ਾਂ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ। ਜੇਲ੍ਹ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਭਾਈ ਗੁਰਬਖਸ਼ ਸਿੰਘ ਵੱਲੋਂ ਕੀਤੀ ਜਾ ਰਹੀ ਭੁੱਖ ਹੜਤਾਲ 'ਤੇ ਅੰਬਾਲਾ ਦੇ SHO ਵੱਲੋਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਨੋਟਿਸ ਦਿੱਤਾ ਗਿਆ, ਜਿਸ ਦੇ ਵਿੱਚ ਲਿਖਿਆ ਗਿਆ ਕਿ ਅਗਰ ਇੱਥੇ ਕਿਸੇ ਵੀ ਪ੍ਰਕਾਰ ਦੀ ਜਾਨ ਮਾਲ ਦਾ ਨੁਕਸਾਨ ਹੁੰਦਾ ਤਾਂ ਉਸਦੀ ਜ਼ਿੰਮੇਵਾਰ ਸ਼੍ਰੋਮਣੀ ਕਮੇਟੀ ਹੋਵੇਗੀ, ਕਿਉਂਕਿ ਗੁਰਦੁਆਰਾ ਸਾਹਿਬ ਵਿੱਚ 24 ਘੰਟੇ ਲੰਗਰ ਚੱਲਦਾ ਅਤੇ ਉਸ ਜਗ੍ਹਾ 'ਤੇ ਭੁੱਖ ਹੜਤਾਲ ਕਰਨਾ ਗਲਤ ਹੈ। ਉੱਧਰ ਭਾਈ ਗੁਰਬਖਸ਼ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਸ਼੍ਰੋਮਣੀ ਕਮੇਟੀ ਨੂੰ ਪੱਤਰ ਭੇਜ ਕੇ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਭੁੱਖ ਹੜਤਾਲ ਲਈ ਥਾਂ ਦੇਣ ਦੀ ਮੰਗ ਕੀਤੀ ਸੀ, ਜਦਕਿ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਸਿੱਖਾਂ ਦੀ ਰਿਹਾਈ ਦੇ ਮਸਲੇ 'ਤੇ ਪੰਥ ਨੂੰ ਇਕਜੁੱਟ ਹੋਣ ਦੀ ਲੋੜ ਹੈ। ਇਕੱਲੇ ਬੰਦੇ ਦਾ ਇੰਨੇ ਵੱਡੇ ਮਸਲੇ ਨੇ ਜਿਹੜੇ ਰਿਹਾਈਆਂ ਦੇ, ਇਹਨਾਂ ਹੱਲ ਨਹੀਂ ਹੈਗਾ ਤਾਂ ਸਾਰੀਆਂ ਜਥੇਬੰਦੀਆਂ ਨੂੰ ਰੱਖ ਕੇ ਆਪ ਵਿੱਚ ਵਿਚਾਰ ਵਟਾਂਦਰਾ ਕਰਕੇ ਇਹਦੇ ਬਾਰੇ ਵਿਚਾਰ ਕਰਨੀ ਚਾਹੀਦੀ। ਔਰ ਦੇਖੋ ਇਹ ਕੋਈ ਪੰਜਾਬ ਸਰਕਾਰ ਨਾਲ ਸੰਬੰਧਿਤ ਤਾਂ ਹੈ ਨਹੀਂ ਮਸਲਾ, ਵੀ ਇਹਦਾ ਵਕਤ ਸਰਕਾਰਾਂ ਨਾਲ ਸੰਬੰਧਿਤ ਹੈ। ਸਪੈਸ਼ਲ ਸ਼੍ਰੋਮਣੀ ਕਮੇਟੀ ਨੂੰ ਲੈਟਰ ਭੇਜਿਆ ਕਿ ਸਾਨੂੰ ਅੰਬ ਸਾਹਿਬ ਗੁਰਦੁਆਰਾ ਸਾਹਿਬ ਬਹਿਣ ਦੀ ਜਗ੍ਹਾ ਦਿੱਤੀ ਜਾਏ, ਜੇ ਕਿਸੇ ਕਾਰਨ ਤੁਸੀਂ ਅੰਬ ਸਾਹਿਬ ਸਾਨੂੰ ਨਹੀਂ ਦੇ ਸਕਦੇ ਤਾਂ ਫਿਰ ਸਾਨੂੰ ਪੰਜਾਬ ਦੇ ਕਿਸੇ ਵੀ ਗੁਰਦੁਆਰੇ ਸਾਹਿਬ ਦੇ ਵਿੱਚ ਜਗ੍ਹਾ ਦਿੱਤੀ ਜਾਏ, ਜੇ ਜਗ੍ਹਾ ਨਹੀਂ ਦੇ ਸਕਦੇ ਤਾਂ ਮੱਕੜ ਸਾਹਿਬ ਤੁਸੀਂ ਆਪ ਇਹ ਸਿੰਘਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੰਘਰਸ਼ ਕਰੋ ਤਾਂ ਅਸੀਂ ਤੁਹਾਡੇ ਪਿੱਛੇ ਬੈਠਾਂਗੇ। ਜੀ ਹੁਣ ਵੱਧਦੇ ਹਾਂ ਅਗਲੀ ਖਬਰ ਦੇ ਵੱਲ। ਪਿਛਲੇ ਦਿਨੀ ਲੁਧਿਆਣਾ ਦੇ ਇੱਕ ਹਸਪਤਾਲ ਦੇ ਵਿੱਚ ਮਾਸੂਮ ਹਰਲੀਨ ਹਸਪਤਾਲ ਦੀ ਲਾਪਰਵਾਹੀ ਦਾ ਸ਼ਿਕਾਰ ਹੋਈ ਸੀ ਅਤੇ ਹੁਣ ਇੱਕ ਹੋਰ 11 ਸਾਲ ਦੀ ਮਾਸੂਮ ਭਾਵਨਾ ਵੀ ਡਾਕਟਰਾਂ ਦੀ ਬਲੀ ਦਾ ਸ਼ਿਕਾਰ ਹੋਈ ਹੈ। ਭਾਵਨਾ ਥੈਲਸੇਮੀਆ ਨਾਲ ਪੀੜਤ ਸੀ ਅਤੇ ਉਸਦੇ ਰੈੱਡ ਬਲੱਡ ਸੈੱਲਸ ਟਰਾਂਸਪਲਾਂਟ ਕੀਤੇ ਜਾਣੇ ਸੀ। ਬੱਚੀ ਦੇ ਪਿਤਾ ਸੁਰਿੰਦਰ ਸ਼ਰਮਾ ਦੇ ਮੁਤਾਬਕ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਉਹਨਾਂ ਦੀ ਬੱਚੀ ਦੀ ਮੌਤ ਹੋ ਗਈ ਹੈ। ਉਹਨਾਂ ਕਿਹਾ ਕਿ ਟਰਾਂਸਪਲਾਂਟ ਦੇ ਸਮੇਂ ਲਾਪਰਵਾਹੀ ਵਰਤਣ ਕਰਕੇ ਅੱਜ ਭਾਵਨਾ ਇਸ ਦੁਨੀਆਂ 'ਤੇ ਨਹੀਂ ਹੈ। ਉਹਨਾਂ ਮੰਗ ਕੀਤੀ ਹੈ ਕਿ ਹਸਪਤਾਲ ਪ੍ਰਸ਼ਾਸਨ ਦੇ ਵਿਰੁੱਧ ਇਸ ਮਾਮਲੇ 'ਤੇ ਕਾਰਵਾਈ ਕੀਤੀ ਜਾਵੇ। ਲਾਪਰਵਾਹੀ ਬੱਚਾ ਜੋ ਬਹੁਤ ਹੀ ਬੁਰੀ ਕੰਡੀਸ਼ਨ ਮੈਂ ਥਾ, ਡਾਕਟਰ ਮੌਜੂਦ ਨਹੀਂ ਥਾ ਔਰ ਕੋਈ ਸੁਣਵਾਈ ਨਹੀਂ ਹੋਈ। ਇੱਕ ਮੈਡੀਸਨ ਕੇ ਲਈ ਬਹੁਤ ਹਰਾਸਮੈਂਟ ਕੀਆ, ਜੋ ਮੈਡੀਸਨ ਨਹੀਂ ਮਿਲੀ ਬੱਚੇ ਕੋ ਨੋਰਮਲ ਕੰਡੀਸ਼ਨ ਥੀ। ਮੌਤ ਕਾ ਕਾਰਨ ਲਾਪਰਵਾਹੀ ਹੈ, ਲਾਪਰਵਾਹੀ ਹੈ। ਮੈਂ ਇਹ ਚਾਹਤਾ ਹੂੰ ਸਰ ਕਿ ਜੋ ਮੇਰੇ ਸਾਥ ਲਾਪਰਵਾਹੀ ਹੋਈ ਹੈ ਵੋ ਜੋ ਹੈ ਉਸਕਾ ਮਤਲਬ ਜਾਂਚ ਹੋ ਉਸਕੀ, ਜੋ ਦੋਸ਼ੀ ਹੈ ਉਨਕੋ ਪੂਰੀ ਕੜੀ ਸਜ਼ਾ ਮਿਲਨੀ ਚਾਹੀਏ ਔਰ ਆਗੇ ਕਿਸੀ ਕੇ ਸਾਥ ਮੈਂ ਐਸਾ ਨਾ ਹੋ ਉਸਕੇ ਲੀਏ ਮਤਲਬ ਇਸਕੇ ਲੀਏ ਪ੍ਰਸ਼ਾਸਨ ਕੀ ਥੋੜਾ ਸਾ ਮਤਲਬ ਕਾਰਵਾਈ ਕਰੇ ਤੋ ਆਗੇ ਐਸਾ ਯਾ ਤੋ ਯੇ ਟਰਾਂਸਪਲਾਂਟ ਹੀ ਨਾ ਹੋ, ਅਗਰ ਹੋ ਤੋ ਪੂਰੀ ਪ੍ਰਾਲੀ ਪਲਾਨਿੰਗ ਕੇ ਸਾਥ ਹੋ, ਜੋ ਉਨਕੇ ਬਾਅਦ ਜੋ ਕਮੀਆਂ ਹੈ ਵੋ ਪੂਰੀ ਕਰਨੇ ਕੇ ਬਾਅਦ ਵੀ ਜੋ ਕਮੀਆਂ ਜੋ ਇੰਦਰਜੀਤ ਜੀ ਨੇ ਬਤਾਈ ਹੈ, ਮੈਂ ਬਤਾਈ, ਜੋ ਵਿਜੇ ਜੀ ਨੇ ਬਤਾਈ ਹੈ, ਜੋ ਇਨਕੇ ਸਾਥ ਹਮਾਰੇ ਸਭੀ ਕੇ ਸਾਥ ਹੋਇਆ ਹੈ ਔਰ ਕਿਸੀ ਕੇ ਸਾਥ ਵੀ ਹੋਏ ਹੈ, ਹੋ ਸਕਤੇ ਹੈ ਤੋ ਵੋ ਚੀਜ਼ੇ ਨਾ।
ਤੇ ਉਧਰ ਮਮਦੋਟ ਸ਼ਹਿਰ ਇੰਨੀ ਦਿਨੀ ਸੀਵਰੇਜ ਦੇ ਗੰਦੇ ਪਾਣੀ ਦੇ ਨਾਲ ਘਿਰਿਆ ਹੋਇਆ। ਗੰਦੇ ਪਾਣੀ ਵਾਲੇ ਸੇਮ ਨਾਲੇ ਦਾ ਪਾਣੀ ਓਵਰਫਲੋ ਹੋਣ ਕਾਰਨ ਸਰਕਾਰੀ ਅਦਾਰਿਆਂ ਵਿਚਲਿਓਂ ਲੰਘਣ ਵਾਲੀ ਸੜਕ ਉੱਪਰ ਪਾਣੀ ਜਮ੍ਹਾਂ ਹੋ ਗਿਆ, ਜਿਸ ਦੇ ਕਰਕੇ ਸ਼ਹਿਰ ਵਾਸੀਆਂ ਦੇ ਲਈ ਪਿੰਡ ਵਾਸੀਆਂ ਲਈ ਨੂੰ ਵੀ ਆਉਣ ਜਾਣ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ। ਇੱਥੋਂ ਤੱਕ ਕਿ ਸ਼ਹਿਰ ਦੇ ਪ੍ਰਸ਼ਾਸਨਿਕ ਦਫ਼ਤਰ ਵੀ ਇਸ ਗੰਦੇ ਪਾਣੀ ਦੇ ਘੇਰੇ ਵਿੱਚ ਨੇ। ਉਧਰ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਗੰਦੇ ਪਾਣੀ ਵਾਲੇ ਸੇਮ ਨਾਲੇ ਦੀ ਪਿਛਲੇ ਕਈ ਸਾਲਾਂ ਤੋਂ ਸਫਾਈ ਨਹੀਂ ਕਰਵਾਈ ਗਈ, ਜਿਸ ਦੇ ਕਾਰਨ ਇਹ ਪਾਣੀ ਓਵਰਫਲੋ ਹੋ ਕੇ ਉਹਨਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਰਿਹਾ ਅਤੇ ਗੰਦੇ ਪਾਣੀ ਦੀ ਭਰਮਾਰ ਕਰਕੇ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਵੀ ਖਦਸ਼ਾ ਬਣਿਆ ਹੋਇਆ। ਉਧਰ ਜਦੋਂ ਡੀਸੀ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਇਸ ਸਮੱਸਿਆ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਡਿੱਗਦੇ ਨੇ ਆ ਕੇ, ਸੜਕ ਜਾਣ ਨੂੰ ਕੋਈ ਵੀ ਨਹੀਂ, ਇਹ ਸਾਰਾ ਮਮਦੋੜ ਦਾ ਜਿਹੜਾ ਹੈਗਾ, ਮਮਦੋੜ 68 ਨਾਲੋਂ ਇਹਦਾ ਅਟੈਚਮੈਂਟ ਹੀ ਕੱਟਿਆ ਗਿਆ ਸਾਰਾ। ਸੜਕ ਦੇ ਉੱਤੇ ਅਸੀਂ 3-4 ਵਾਰ ਪ੍ਰਸ਼ਾਸਨ ਨੂੰ ਕਿਹਾ, ਪਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਉਹਨੇ ਟਰਾਲੀਆਂ ਲਿਆ ਕੇ ਆਪਦੀ ਮਿੱਟੀ ਪਾ ਲਓ, ਮਿੱਟੀ ਦਾ ਕੋਈ ਹੱਲ ਨਹੀਂ ਹੈਗਾ ਇਹਦਾ। ਡਰੇਨੇਜ ਡਿਵੀਜ਼ਨ ਜਿਹੜੇ ਮਿਸਟਰ ਸੁਨੀਲ ਅਗਰਵਾਲ, ਐਕਸਿਸ ਗੋਲੇਵਾਲਾ ਡਿਵੀਜ਼ਨ ਵਾਲੇ, ਉਹਨਾਂ ਨੂੰ ਅਸੀਂ ਹਦਾਇਤ ਕਰਤੀ ਹੈ ਕਿ ਜਿਹੜਾ ਪਾਣੀ ਇਕੱਠਾ ਹੋਇਆ ਔਰ ਲੋਕਾਂ ਨੇ ਜਿਹੜਾ ਲੋਕਾਂ ਦੀਆਂ ਗਲੀਆਂ ਦਾ ਪਾਣੀ ਹੈ, ਨਾਲੀਆਂ ਦਾ ਪਾਣੀ ਹੈ, ਉਹ ਇਕੱਠਾ ਕੀਤਾ। ਮੈਂ ਲੋਕ ਵਾਸੀਆਂ ਨੂੰ ਵੀ ਅਪੀਲ ਹੈ ਕਿ ਸ਼ਹਿਰ ਤੁਹਾਡਾ ਆਪਣਾ, ਇਹ ਘਰ ਦਾ ਪਾਣੀ ਆਪਾਂ ਕੱਢ ਕੇ ਤਾਂ ਗਲੀਆਂ ਸੁੱਟ ਦਿੰਦੇ ਹਾਂ, ਗਲੀਆਂ ਵੀ ਤੁਸੀਂ ਵਰਤਣੀਆਂ, ਉਹ ਕਿਰਪਾ ਕਰਕੇ ਨਾ, ਉਹ ਸਰਕਾਰ ਵੀ ਤੁਹਾਡੀ ਆਪਣੀ ਹੈ, ਆਪਾਂ ਰਲ ਮਿਲ ਕੇ ਮਸਲਾ ਦਾ ਹੱਲ ਕੱਢਣਾ। ਦੂਜਾ ਜਿਹੜਾ ਵਿਭਾਗ ਨੇ ਕੰਮ ਕਰਨਾ, ਉਹ ਵਿਭਾਗ ਨੂੰ ਅਸੀਂ ਡਿਊਟੀ ਲਾਤੀ ਹੈ, ਉਹ ਆਪਣਾ ਐਕਸ਼ਨ ਸਾਹਿਬ ਨੂੰ ਜੀ। ਅਗਲੀ ਖਬਰ ਕ੍ਰਿਕਟ ਜਗਤ ਦੇ ਨਾਲ ਜੁੜੀ ਹੈ। ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਆਸਟ੍ਰੇਲੀਆਈ ਕ੍ਰਿਕਟ ਖਿਡਾਰੀ ਫਿਲ ਹਿਊਜ਼ ਦਾ ਦੇਹਾਂਤ ਹੋ ਗਿਆ। 25 ਸਾਲਾ ਫਿਲ ਬੀਤੇ ਦਿਨ ਬੱਲੇਬਾਜ਼ੀ ਦੇ ਦੌਰਾਨ ਸਿਰ 'ਤੇ ਗੇਂਦ ਲੱਗਣ ਕਰਕੇ ਕੋਮਾ ਵਿੱਚ ਚਲੇ ਗਏ ਸਨ, ਜਿਸ ਤੋਂ ਬਾਅਦ ਫਿਲ ਨੂੰ ਤੁਰੰਤ ਐਂਬੂਲੈਂਸ ਦੇ ਰਾਹੀਂ ਹਸਪਤਾਲ ਦਾਖਲ ਕਰਵਾਇਆ ਗਿਆ। ਹਸਪਤਾਲ ਦੇ ਵਿੱਚ ਹਿਊਜ਼ ਦਾ ਓਪਰੇਸ਼ਨ ਕੀਤਾ ਗਿਆ, ਪਰ ਓਪਰੇਸ਼ਨ ਤੋਂ ਬਾਅਦ ਵੀ ਉਹਨਾਂ ਦੀ ਹਾਲਤ ਖਾਸੀ ਚਿੰਤਾਜਨਕ ਬਣੀ ਹੋਈ ਸੀ। ਫਿਲ ਹਿਊਜ਼ ਸ਼ੈਫੀਲਡ ਸ਼ੀਲਡ ਟਰਾਫੀ ਦੇ ਲਈ ਸਾਊਥ ਆਸਟ੍ਰੇਲੀਆ ਦੀ ਟੀਮ ਲਈ ਖੇਡ ਰਹੇ ਸਨ ਕਿ ਮੈਚ ਦੇ ਦੌਰਾਨ ਨਿਊ ਸਾਊਥ ਵੇਲਸ ਦੇ ਤੇਜ਼ ਗੇਂਦਬਾਜ਼ ਸੀਨ ਅਬੋਟ ਦੀ ਇੱਕ ਬਾਊਂਸਰ ਉਹਨਾਂ ਦੇ ਸਿਰ 'ਤੇ ਜਾ ਲੱਗੀ, ਜਿਸ ਦੇ ਕਾਰਨ ਹਿਊਜ਼ ਜ਼ਮੀਨ 'ਤੇ ਡਿੱਗ ਪਏ। ਹਾਲਾਂਕਿ ਹਿਊਜ਼ ਨੂੰ ਬਚਾਉਣ ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ 25 ਸਾਲਾ ਇਹ ਖਿਡਾਰੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਫਿਲ ਹਿਊਜ਼ ਦੀ ਮੌਤ ਦੇ ਨਾਲ ਕ੍ਰਿਕਟ ਜਗਤ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਜੇ ਇਸੇ ਖਬਰ ਦੇ ਨਾਲ ਹੀ ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਪਾਵਾਂਗੇ ਹੁਣ ਤੱਕ ਦੀਆਂ ਖਾਸ ਖਬਰਾਂ ਉੱਤੇ। ਬਦਾਉਂ ਸਮੂਹਿਕ ਬਲਾਤਕਾਰ ਤੇ ਕਤਲਕਾਂਡ ਮਾਮਲਾ CBI ਰਿਪੋਰਟ 'ਚ ਖੁਲਾਸਾ, ਦੋਹਾਂ ਭੈਣਾਂ ਨੇ ਕੀਤੀ ਸੀ ਆਤਮ ਹੱਤਿਆ, ਮਾਇਆਵਤੀ ਨੇ ਜਿਤਾਈ ਅਸੰਤੁਸ਼ਟੀ। ਪੰਜਾਬ ਮੰਤਰੀ ਮੰਡਲ ਦੀ ਕੱਲ੍ਹ ਹੋਈ ਬੈਠਕ, ਕਮਜ਼ੋਰ ਵਰਗਾਂ ਨੂੰ ਅਗਲੇ 2 ਸਾਲਾਂ 'ਚ 1 ਲੱਖ ਮਕਾਨ ਬਣਾ ਕੇ ਦੇਵੇਗੀ ਸਰਕਾਰ, ਹੋਰ ਵੀ ਅਹਿਮ ਫੈਸਲਿਆਂ 'ਤੇ ਮੋਹਰ। ਖੰਨਾ ਸ਼ਹਿਰ ਦੀ ਪਾਸ਼ ਕਲੋਨੀ ਨਰੋਤਮ ਨਗਰ ਵਿੱਚ ਇੱਕ ਔਰਤ ਦਾ ਅਣਪਛਾਤਿਆਂ ਵੱਲੋਂ ਕਤਲ, ਘਰ ਦੀ ਰਸੋਈ 'ਚੋਂ ਖੂਨ ਨਾਲ ਲੱਥਪੱਥ ਮਿਲੀ ਲਾਸ਼, ਤਫ਼ਤੀਸ਼ ਵਿੱਚ ਜੁਟੀ ਪੁਲਿਸ। ਅਤੇ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਆਸਟ੍ਰੇਲੀਆਈ ਕ੍ਰਿਕਟ ਖਿਡਾਰੀ ਫਿਲ ਹਿਊਜ਼ ਦਾ ਹੋਇਆ ਦੇਹਾਂਤ, ਬਾਊਂਸਰ ਗੇਂਦ ਸਿਰ 'ਤੇ ਲੱਗਣ ਕਾਰਨ ਕੋਮਾ 'ਚ ਚਲੇ ਗਏ ਸਨ ਫਿਲ ਹਿਊਜ਼। ਸੋ ਪੰਜਾਬੀ ਖਬਰਾਂ ਦਾ ਇਹ ਸਿਲਸਿਲਾ ਇੱਥੇ ਖਤਮ ਕਰਦੇ ਹਾਂ, ਕੁਝ ਹੋਰ ਖਬਰਾਂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਤੁਸੀਂ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ TV।